जो मैं तेन कह ही दिता गोल्डी जो नहीं आया उन्हें फोन नहीं चुकया खड़के बनावांगे घर तेरा फिर तेन टेंशन लैन की लोड़ सी और तेन मैं होर दस दिना सरपंच साहब बैठे इन्हों खाते की क्लीयरेंस की पंचायत ले लवे अभी ठीक है जिन्ने गोल्डी दे गई मेनू सेवा भेजी सेवा केंद्र वालिया को ਉਹ ਸੇਵਾ ਮੇਰੇ ਤੱਕ ਪਹੁੰਚ ਚੁੱਕੀ ਆ ਠੀਕ ਆ ਜੀ 50,000 ਦੀ ਇੱਟ ਵੀਰੇ ਹੁਣਾਂ ਨੇ ਮੈਨੂੰ ਦਵਾਤੀ ਹੈ ਗੋਲਡੀ ਪੀਪੀ ਨਾਂ ਦਾ ਪੁਲਿਸ ਮੁਲਾਜ਼ਮ ਫੇਸਬੁੱਕ ਤੇ ਸੋਸ਼ਲ ਵਰਕ ਨੂੰ ਲੈ ਕੇ ਕਾਫੀ ਮਸ਼ਹੂਰ ਹੈ ਉਹਨਾਂ ਵੱਲੋਂ ਕਈ ਜਿਹੀਆਂ ਵੀਡੀਓ ਸ਼ੇਅਰ ਕੀਤੀਆਂ ਜਾਂਦੀਆਂ ਹਨ ਜਿਸ 'ਚ ਉਹ ਗਰੀਬਾਂ ਨੂੰ ਘਰ ਦਿਵਾਉਣ ਜਾਂ ਅਜਿਹੀ ਹੋਰ ਕੋਈ ਮਦਦ ਕਰਦੇ ਦਿਖਾਈ ਦਿੰਦੇ ਹਨ ਗੋਲਡੀ ਪੀਪੀ ਨੂੰ ਲੋਕਾਂ ਵੱਲੋਂ ਵੀ ਕਾਫੀ ਸਪੋਰਟ ਮਿਲਦਾ ਹੈ ਪਰ ਇਸ सब दरमियान बीते दिन गोल्डी पीपी नू काफ़ी ट्रोल किया गया उन्होंने इल्जाम लाए गए कि वह समाज सेवा का ढो करते हैं इस राही इकट्ठे हुए पैसों चो कुछ दी मदद कर देंगे तो बाकी पैसे वो खुद रखते हैं यह भी कहा जा रहा सी कि वह लगरजी कार भी इन पैसों तो खरीदी है हूँ इस मामले च खुद गोल्डी पीपी सामने आए हैं गोल्डी ने अपने फेसबुक पेज पर वीडियो शेयर करदिया अपना पक्ष सामने रखदिया उन्हें कहा कि अजिहे इल्जामां कारण वह काफ़ी स्ट्रैच रहे जिस कारण वह एक गरीब बजुर्ग औरत की जान नहीं बचा सके उन्हें कहा कि लोगों को भी कहने तो पहला पड़ताल जरूर करनी चाहिए है होर कि कुछ कहा गोल्डी ने तुसी भी सुन लो सारे ने उम्मीद छाती सी भी हुण कोई उम्मीद है नहीं गोल्डी ने लगा मकान नहीं पाके देना जेड़ा गोल्डी फोन नहीं चक रहा ठीक है जिन्ने गोल्डी दे के गया जिन्ने आए आप लाइव होके बोल दो इना फंड आ गया इना लग गया इना कोई गल महाराज गरी तेरा भला करे महाराज सच्चे पातशाह किनिया कॉल आ रही बारो भी इन्हां दे खिलाफ बोल दो आ रही सच्ची दसी सौं खा के वीरे मैनूं कॉलां बाहरों आ रही ने कई नाम भी नहीं ले सकता जी उन्होंने ऐ कहा भाजी उन्होंने खिलाफ वीडियो पा दे भी भाजी उन्हें इन्ने पैसे खा रहे ने जा कर रहे तू एक बार भैन तो वीडियो पा दे कुछ तो 11 बजे तक ना ही इतने साडे फिरी गए भी असी भैन तो एक वीडियो बना के पानी आ उदन असी भैन नूं इधर उधर करता सीगा जी ते उह कहिंदे भी असी भैन तो एक वीडियो ये पानी आ भी गोल्डी काम नहीं करा रहा असी किवें कह दईए जी काम नहीं करा रहा आ देखो जिन्नियां कंधां खड़ियां होईआं इन्हां दे योगदान नाल खड़ियां होईआं भाजी ये मैनू पैसे फड़ा के जांदे रहे ने जी जिन्ने भी देके जांदे रहे ने आपां काम चला रहे हैं आह घर दा नहीं काम चल रहा जी नाल उह देखो माता दा भी घर दा सारा काम चल रहा जी नाल साडे पिंड कोटले च भी चल रहा साडे एक पिंड कोटले दे विच जी पनीत वीरा घर पा रहा
ਤੁਸੀਂ ਕਹਿ ਦਿੰਦੇ ਹੋ ਜੀ ਇੱਕ ਘਰ ਚੋਂ ਇੰਨੇ ਪੈਸੇ ਆ ਗਏ ਉਹਦੀ ਤਾਂ ਵੀਡੀਓ ਕੋਈ ਵਾਇਰਲ ਨਹੀਂ ਹੋਈ ਵੀਰੇ ਜਿਹੜਾ ਘਰ ਕੋਟਲੇ ਪੈ ਰਹੇ ਉਹਦੀ ਤਾਂ ਕੋਈ ਵੀਡੀਓ ਵਾਇਰਲ ਨਹੀਂ ਹੋਈ ਜੇ ਇਹਨਾਂ ਕੋਲ ਫੰਡ ਜ਼ਿਆਦਾ ਆ ਗਿਆ ਤਾਂ ਦੂਸਰਾ ਵੀ ਤਾਂ ਬਣਾ ਰਹੇ ਹਾਂ ਉਹ ਮਾਤਾ ਇੰਨੀ ਔਖੀ ਰਹਿ ਰਹੀ ਸੀ ਵੀਰੇ ਇੰਨੀ ਜ਼ਿਆਦਾ ਔਖੀ ਇੱਕ ਕਮਰਾ ਸੀ ਉਹਦੇ ਕੋਲ ਛੋਟਾ ਜਿਹਾ ਕਮਰਾ ਸੀ ਆ ਰਸੋਈ ਜਿੰਨਾ ਕੁ ਕਮਰਾ ਸੀ ਉਹਦਾ ਚੋਰ ਰਿਹਾ ਸੀ ਮੀਂਹ ਦੇ ਵਿੱਚ ਜਾਂ ਜਾ ਕੇ ਦੇਖਿਆ ਉੱਥੇ ਪਨੀਤ ਵੀਰੇ ਹੋਣੀ ਆਏ ਗੋਲਡੀ ਵੀਰੇ ਹੋਣੀ ਉਹਨਾਂ ਨੇ ਜਾ ਕੇ ਉਹਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਾਤਾ ਹੁਣ ਕਈ ਲੋਕਾਂ ਨੂੰ ਤਾਂ ਉਹ ਵੀ ਨਹੀਂ ਪਤਾ ਲੋਕ ਕਹੀ ਜਾਂਦੇ ਆ ਵੀਰੇ ਹੋਣੀ ਪੈਸੇ ਖਾ ਰਹੇ ਨੇ ਉਹ ਕਰ ਰਹੇ ਨੇ ਪਰ ਨਹੀਂ ਵੀਰੇ ਪੈਸੇ ਨਹੀਂ ਖਾ ਰਹੇ ਵੀਰੇ ਹੋਣੀ ਕੰਮ ਕਰਾ ਰਹੇ ਨਾਲ ਦੀ ਨਾਲ ਜਿਹਦੀ ਇਹ ਕੁੱਲੀ ਸੀ ਜਿਹਦੀ ਕੁੱਲੀ ਨੂੰ ਇਹ ਭਾਗ ਲੱਗੇ ਨੇ ਠੀਕ ਹੈ ਮੈਨੂੰ ਇਹ ਬੰਦਾ ਆਹ ਗੈਰੀ 10 ਵਜੇ ਤੱਕ ਫੋਨ ਕਰਦਾ ਰਿਹਾ ਵੀ ਤੂੰ ਆ ਜਾ ਸਾਡੇ ਨਾਲ ਇੱਕ ਵੀਡੀਓ ਸ਼ੇਅਰ ਕਰ ਲਾ ਪਰ ਮੈਂ ਨਹੀਂ ਆਈ ਮੇਰੇ ਵੀਰੇ ਨਾਲ ਅਸੀਂ ਮੈਂ ਸਾਈਡ ਤੇ ਹੋ ਗਈ ਮੈਂ ਸਵਿਚ ਆਫ ਫੋਨ ਸਵਿਚ ਆਫ ਕਰ ਲਿਆ ਕੌਣ ਸੀ ਉਹ ਗੈਰੀ ਗੈਰੀ ਕੌਣ ਹੈ ਗੈਰੀ ਮਸੀਹਾ ਕਹਿੰਦੇ ਆ ਜਿਹਨੂੰ ਉਹ ਕੌਣ ਹੈ ਭਾਜੀ ਚਰਨ ਜੋਦੀ ਬਾਦ ਨਹੀਂ ਫੋਟੋ ਸਾਂਝ ਸੇਵਾ ਵਾਲੇ ਜੀ ਸਾਂਝ ਸੇਵਾ ਵਾਲੇ ਅੱਛਾ ਉਹ ਕਿਉਂ ਇਦਾਂ ਕਿਉਂ ਕਰਨਾ ਚਾਹੁੰਦੇ ਸਾਡੇ ਨਾਲ ਪਤਾ ਨਹੀਂ ਜੀ ਇਹ ਤਾਂ ਮੈਨੂੰ ਕੌਣ ਭਾਜੀ ਤੁਸੀਂ ਦੱਸੋ ਸੱਚ ਜੋ ਵੀ ਆ ਯਾਰ ਸੱਚ ਦੱਸੋ ਭਾਜੀ ਉਹ ਗੈਰੀ ਆ ਜੀ ਮਲਸੀਆਂ ਤੋਂ ਜਗਰਾਉਂ ਤੋਂ ਮੁੰਡਾ ਆਉਂਦਾ ਜੀ ਉਹ ਫੋਟੋ ਉਹਦੀ ਦਿਖਾਓ ਕੋਈ ਗੱਲ ਨਹੀਂ ਮਹਾਰਾਜ ਗੈਰੀ ਤੇਰਾ ਭਲਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਤੂੰ ਭਾਗ ਲਾਵੇ ਵੀਰੇ ਭੈਣ ਨੂੰ 11 ਵਜੇ ਤੱਕ ਕਾਲਾਂ ਕਰਦਾ ਰਿਹਾ ਵੀ ਆ ਜਾ ਮੈਂ ਇੱਕ ਵੀਡੀਓ ਬਣਾਣੀ ਆ ਵੀ ਤੇਰਾ ਘਰ ਨਹੀਂ ਬਣਾ ਰਹੇ ਐਵੇਂ ਉਸ ਤੋਂ ਬਾਅਦ ਉਹ ਧਮਕੀ ਵੀ ਦੇ ਕੇ ਗਏ ਨੇ ਵੀ ਅਸੀਂ ਘਰ ਰੋਕ ਦਾਂਗੇ ਐ ਕਰ ਦਾਂਗੇ ਫਿਰ ਸਾਡੇ ਪਿੰਡ ਦੇ ਲੋਕਾਂ ਨੇ ਉਹਨੂੰ ਗਾਲਾਂ ਗੁਲਾਂ ਵੀ ਕੱਢੀਆਂ ਘੂਰਿਆ ਵੀ ਭੇਜਿਆ ਵੀ ਇੱਥੋਂ ਵੀ ਤੂੰ ਕੌਣ ਹੁੰਦਾ ਘਰ ਰੋਕਣੇ ਵਾਲਾ ਲੋਕ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਹਿੱਸਾ ਭੇਜ ਰਹੇ ਨੇ ਵੀ ਤੂੰ ਕੌਣ ਹੁੰਦਾ ਰੋਕਣੇ ਵਾਲਾ ਉਸ ਤੋਂ ਬਾਅਦ ਭੈਣ ਨੂੰ ਉਹਨੇ ਕਿੰਨੇ ਵਜੇ ਤੱਕ ਫੋਨ ਕੀਤੇ ਨੇ 10 ਵਜੇ ਤੱਕ ਮੈਂ ਇਹਨਾਂ ਨੂੰ ਸਾਈਡ ਤੇ ਕਰਤਾ ਮੈਂ ਕਿਹਾ ਜਿਹੜਾ ਬੰਦਾ ਘਰ ਬਣਾ ਰਿਹਾ ਉਹਦੇ ਬਾਰੇ ਕਿਉਂ ਗਲਤ ਕਰਨਾ ਮੈਂ ਪੁੱਛਿਆ ਮੈਂ ਮੈਨੂੰ ਫੋਨ ਕਰੀ ਜਾਂਦਾ ਵੀ ਮੈਂ ਕੀ ਕਰਾਂ ਹੁਣ ਵੀ ਉਹ ਕਹੇ ਫਿਰ ਵੀਰਾ ਕਹਿੰਦਾ ਤੂੰ ਆਏ ਕਰ ਭੈਣੇ ਤੂੰ ਬਸ ਸਾਈਡ ਤੇ ਹੋ ਜਾ ਫੋਨ ਸਵਿਚ ਆਫ ਕਰ ਦੇ ਮੈਂ ਬੈਠੀ ਸੀ ਆਪਣੇ ਘਰੇ ਹੀ ਠੀਕ ਹੈ ਪਰ ਮੈਂ ਸਵਿਚ ਆਫ ਕਰਤਾ ਅਬ ਮੇਰੇ ਘਰੇ ਉਹ ਆ ਨਹੀਂ ਸਕਦਾ ਸੀ ਮੈਨੂੰ ਗਾਲਾਂ ਕੱਢਣੀਆਂ ਸੀ ਜੇ ਰਾਤ ਨੂੰ 10 ਵਜੇ ਮੇਰੇ ਘਰ ਆਉਂਦਾ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਇੱਕ ਸਲੂਟ ਤੇ ਜਿਹੜੇ ਆਹ ਕੁਛ ਕਰਨ ਵਾਲੇ ਵੀਰੇ ਉਹਨਾਂ ਨੂੰ ਦੋ ਸਲੂਟ ਤੇ ਮਹਾਰਾਜ ਸੱਚੇ ਪਾਤਸ਼ਾਹ ਭਾਗ ਲਾਵੇ ਯਾਰ ਮੇਰੀ ਗੱਲ ਸੁਣੋ ਯਾਰ ਸੱਚੀ ਭਾਗ ਲਾਵੇ ਯਾਰ ਤੁਹਾਨੂੰ ਮੇਰਾ ਤਾਂ ਨਾ ਯਾਰ ਸੱਚੀ ਇੰਨਾ ਕੁ ਮਨ ਦੁਖੀ ਹੋ ਗਿਆ ਨਾ ਮੈਂ ਦੱਸ ਨਹੀਂ ਸਕਦਾ ਟਾਈਮ ਵੇਖ ਲਓ ਹੁਣ ਕਿੰਨਾ ਵਜੇ ਦੇ ਕਿੰਨੇ ਵਜੇ ਕਦਰ ਸਾਡੇ ਖਿਲਾਫ ਜਿਹੜੇ ਲੋਕ ਉੱਠੇ ਹੋਏ ਵੀ ਇਹਨਾਂ ਦੇ ਖਿਲਾਫ ਬੋਲ ਦੋ ਤੁਸੀਂ ਚਾਹੁੰਦੇ ਕਿ ਉਹ ਸਾਨੂੰ ਇਹ ਦੱਸ ਦੋ ਸੇਵਾ ਬੰਦ ਕਰ ਦਈਏ ਇਹੀ ਚਾਹੁੰਦੇ ਹੋ ਤੁਸੀਂ ਸੇਵਾ ਬੰਦ ਕਰ ਦਈਏ ਸੇਵਾ ਜੀ ਤੁਸੀਂ ਬੰਦ ਕਰਦੀ ਯਾਰ ਭੈਣਾਂ ਦਾ ਭਾਈ ਕਿੱਥੇ ਜਾਣਗੇ ਵੀ ਮੈਂ ਤੇਰੀ ਮਾਂ ਹੋ ਗਿਆ ਅਸੀਂ ਕਰਦੇ ਹਾਂ ਭੈਣਾ ਮਾਮਾ ਦੇ ਰੂਪ ਵਿੱਚ ਆਇਆ ਤੇਰੇ ਭੈਣਾ ਮੇਰੀ ਗੱਲ ਸੁਣ ਮੇਰੇ ਫੱਕਰ ਦੇ ਰੂਪ ਵਿੱਚ ਆਇਆ ਤੂੰ ਉਹ ਲਾਲਾ ਪੀਰ ਜਿਹੜੇ ਤੇਰੇ ਭੈਣਾ ਦੇ ਰੂਪ ਵਿੱਚ ਆ ਕੇ ਗਏ ਮੇਰੇ ਨੂੰ ਸਾਡੇ ਭੈਣ ਭਰਾਵਾਂ ਨੂੰ ਸਾਡੇ ਮਾਂ ਪਿਓ ਨੂੰ ਸਾਨੂੰ ਕਹਿਣ ਮਾੜਾ ਠੀਕ ਹੈ ਜੀ ਸਾਡੇ ਮਾਂ ਪਿਓ ਨੂੰ ਸਾਰਾ ਸ਼ਹਿਰ ਖੜਾ ਵੀਰੇ ਤੁਹਾਡੇ ਨਾਲ ਆ ਦਿਖਾਓ ਵੀਰੇ ਸਾਡਾ ਸਾਰਾ ਸ਼ਹਿਰ ਖੜਾ ਵੀਰੇ ਤੁਹਾਡੇ ਨਾਲ ਯਾਰ ਮੈਂ ਕਹਾਂ ਮੈਂ ਮੂਰਤ ਵੀ ਗੋਲਡੀ ਵੀਰੇ ਤੋਂ ਕਰਾਉਣਾ ਹੈ ਮੈਂ ਲੋਕਾਂ ਨੂੰ ਇਹ ਵੀ ਗੱਲ ਕਹਿੰਦੀ ਆ ਜਿਹੜੇ ਮੈਨੂੰ ਕੀ ਕਹਿੰਦੇ ਤੇਰਾ ਮਕਾਨ ਕੌਣ ਪਾ ਕੇ ਦੇ ਰਿਹਾ ਮੈਂ ਕਿਹਾ ਗੋਲਡੀ ਵੀਰ ਜੀ ਪਾ ਕੇ ਦੇ ਰਿਹਾ ਮੈਂ ਕਿਹਾ ਮੈਂ ਮੂਰਤ ਵੀ ਉਹਨਾਂ ਤੇ ਕਰਾਂਗੀ ਮੈਂ ਕਹਾਂ ਮੇਰਾ ਪੀਰ ਆ ਜਿਹਨੂੰ ਮੈਂ ਆਪਣਾ ਸਭ ਕੁਝ ਮੰਨੀ ਬੈਠੀ ਆ ਉਹਦੇ ਰੂਪ ਚ ਆਇਆ ਮੈਂ ਕਹਾਂ ਮੇਰੇ ਫੱਕਰ ਦੀ ਕੁੱਲੀ ਨੂੰ ਪਤਾ ਕੀ ਗੱਲ ਆ ਕਿਉਂ ਲੋਕ ਇਦਾਂ ਮਾੜਾ ਚੰਗਾ ਕਿਉਂ ਇਦਾਂ ਕਿ ਵੀਡੀਓ ਕਾਲਾ ਪਾ ਕੇ ਕੀ ਹੋ ਜੂਗਾ ਦੱਸੋ ਆ ਜਾ ਅਮੜੇ ਸਾਂਝੇ ਦਵਾਨ ਵਾਲੇ ਉਰੇ ਕਲੱਬ ਮੁੰਡੇ ਦਾ ਆ ਜਾ ਉਰੇ ਵੀਰੇ ਤੁਸੀਂ ਸੇਵਾ ਨਹੀਂ ਬੰਦ ਕਰਨੀ ਜਿਹੜੀਆਂ ਮਾਵਾਂ ਦੇ ਤੁਸੀਂ ਪੁੱਤ ਬਣੇ ਹੋ ਭੈਣਾਂ ਦੇ ਭਾਈ ਬਣੇ ਹੋ ਛੋਟੀ ਛੋਟੀ ਬੱਚਿਆਂ ਦੇ ਸਾਰਾ ਬਣੇ ਹੋ ਜਿੱਥੇ ਮਰਜ਼ੀ ਅਸੀਂ ਤੁਹਾਡੇ ਨਾਲ ਆ ਵੀਰੇ ਸੇਵਾ ਨਾ ਬੰਦ ਕਰੋ ਸੋਸ਼ਲ ਮੀਡੀਆ ਦੇ ਵੀਡੀਓ ਪਾਈ ਹੋਣ ਜਿਹੜਾ ਆਂਦਾ ਸੀ ਆਏ ਤਾਂ ਬਹੁਤ ਜਾਣੇ ਆਏ ਨੇ ਵੀਰੇ ਉਰੇ ਕੋਈ ਸਾਰੇ ਕਹਿੰਦੇ ਸੀ ਅਸੀਂ ਘਰ ਬਣਾ ਦਿੰਦੇ ਆ ਹਨਾ ਆਏ ਤਾਂ ਜਮਨਾ ਨਗਰ ਆ ਕੋਈ ਉਹ ਵੀ ਕਹਿੰਦੇ ਸੀ ਅਸੀਂ ਬਣਾ ਦਿੰਦੇ ਆ ਪਰ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਗੋਲਡੀ ਵੀਰਾ ਬਣਾ ਰਿਹਾ ਜੀ ਮਾਮਾ ਜੀ ਗੋਲਡੀ ਵੀਰੇ ਦੇ ਕੰਮ ਸੰਭੇ ਜਾਂ ਸਾਨੂੰ ਪਤਾ ਚੱਲ ਗਿਆ ਸਾਨੂੰ ਨਹੀਂ ਪਤਾ ਸੀ ਵੀਰੇ ਐਵੇਂ ਦੀ ਗੱਲ ਆਪਾਂ ਜੀ 1 ਲੱਖ ਰੁਪਿਆ ਫੜ ਲਾ ਹੋਰ ਠੀਕ ਆ ਤੇ ਗਿਣ ਲਾ ਹੱਥ ਮਾਰ ਲਾ ਤੂੰ ਮਾਰ ਲਈ ਜਾਂ ਆਪਾਂ ਇੱਥੇ ਹੀ ਆ ਕੋਈ ਨਹੀਂ ਯਾਰ ਗਿਣ ਲਾ ਕੋਈ ਦਿੱਕਤ ਨਹੀਂ ਠੀਕ ਆ ਲੱਖ ਰੁਪਿਆ ਆ ਗਿਆ ਵੀਰ ਜੀ ਦਾ ਤੇ ਪਹਿਲਾਂ ਵੀ ਵੀਰੇ ਪੈਸੇ ਦੇ ਗਏ ਉਰੇ 60 ਪਹਿਲਾਂ ਦਿੱਤਾ ਸੀ 60000 ਰੁਪਏ ਪਹਿਲਾਂ ਹੋ ਗਏ 160000 ਰੁਪਏ ਆ ਗਿਆ ਵੀਰੇ 160 ਹੋ ਗਿਆ ਨਾ ਤੇ ਮਿਲ ਬੋਲੇ ਸਾਰੇ ਲੈ ਜਾਣਾ ਅਸੀਂ ਵੀਰ ਨੂੰ ਸਾਰੇ ਦਾ ਹਿਸਾਬ ਮੰਗ ਦੇ ਦੂਸਰਾ ਘਰ ਜਿਹੜਾ ਉਹਦੇ ਕਿੰਨੇ ਆ ਗਏ ਤੈਨੂੰ ਜਿਹੜਾ ਆਪਾਂ ਵੀਡੀਓ ਪਾਈ ਵੀ ਨਹੀਂ ਆ ਤੇ ਤੇਰਾ ਘਰ ਵੀ ਸ਼ੁਰੂ ਕਰਾਤਾ ਤੇਰੇ ਕਹਿਣ ਦੇ ਕਿ ਭਾਈਓ ਦੇਖੋ ਉਹਦਾ ਹੀ 28,400 ਰੁਪਏ ਇੱਟਾਂ ਦਾ ਦਿਆ ਜੀ ਤੇ 20,000 ਰੁਪਏ ਸਿਮੈਂਟ ਵਾਲੇ ਨੂੰ ਦੇ ਆਏ ਠੀਕ ਹੈ ਬਾਕੀ ਦਿਹਾੜੀਆਂ ਦਾ ਤੇ ਦਿਹਾੜੀ ਵਾਲਾ ਵੀਰੇ ਮੈਨੂੰ 20,000 ਰੁਪਏ ਹੋਰ ਦਿੱਤਾ ਜੀ 70 ਚਲੇ ਗਿਆ ਹਾਂਜੀ 70 ਦੂਜੇ ਘਰ ਦਾ ਚਲੇ ਗਿਆ ਹਾਂਜੀ ਚਲੋ ਹੁਣ ਇਧਰੇ ਪੇਂਟ ਵੀ ਕਰਾ ਕੇ ਦੇਵਾਂਗੇ ਤੇ ਫ੍ਰਿਜ ਕੂਲਰ ਸਾਰਾ ਕੁਝ ਲੈ ਕੇ ਦੇਵਾਂਗੇ ਜਿੱਦਣ ਨਾਲ ਤੇ ਮੂਰਤ ਵੀ ਆਪ ਕਰਕੇ ਜਾਵਾਂਗੇ ਠੀਕ ਹੈ ਬਾਬਾ ਵੀ ਲਿਆਵਾਂਗੇ ਦੇ ਇੱਧਰ ਦੇਖ ਵਾਦਾ ਰਿਹਾ ਅੰਮ੍ਰਿਤਸਰੋਂ ਬਾਬਾ ਜੀ ਦੀ ਪਾਲਕੀ ਆਊਗੀ ਤੇਰੇ ਘਰ ਪਰ ਮੇਰੀ ਗੱਲ ਸੁਣ ਇਹ ਨਹੀਂ ਘਬਰਾਉਣਾ ਨਹੀਂ ਆ ਮੈਨੂੰ ਕਿਹਾ ਇਦਾਂ ਨਹੀਂ ਇਦਾਂ ਨਹੀਂ ਕਹਿਣਾ ਜਿਵੇਂ ਤੁਸੀਂ ਕਿਹਾ ਸੀਗਾ ਕਿ ਮੈਂ ਮਤਲਬ ਕਿ ਝੋਲੀ ਅੱਡ ਕੇ ਬੱਦੋਂ ਦੂੰ ਇਹ ਨਹੀਂ ਕਰ ਸੁੱਖ ਮੰਗਣੀ ਸਾਰੇ ਉਹਨਾਂ ਦਾ ਭਲਾ ਮੰਗ ਉਹ ਵੀ
ਰੋਣਾ ਨਹੀਂ ਮੇਰੇ ਕੰਮ ਤੇਰਾ ਸਾਰਾ ਹੋਊਗਾ ਟੈਨਸ਼ਨ ਨਾ ਲਈਓ ਸਾਰਾ ਕੁਝ ਤੂੰ ਦੇਖੇ ਆ ਰੋਣਾ ਰੋਣਾ ਮੇਰੇ ਕੰਮ ਰੋਣਾ ਆ ਜਾ 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 ਨਹੀਂ ਭਾਈ।